वालेकुम दोस्तों, उम्मीद करता हूँ आप सब खैरियत होंगे। मैं हूँ जावेद इकबाल, मौजूद हूँ जी उखाड़ा में। ठीक है, एक रेवड़ है जी, बड़ा मशहूर रेवड़ है। इंशाल्लाह वीडियो देख के मज़ा आएगा जी। ठीक है, वीडियो को लास्ट तक देखिएगा और जितने दोस्त नए हैं चैनल को सब्सक्राइब कर लें जी। ठीक है, करते हैं जी वीडियो का आगाज़। माशाल्लाह शुरू में ही शौक करें। माशाल्लाह चेक करें, माशाल्लाह जी शौक करो और माशाल्लाह लाजमी कहना है जी। ठीक है, इनका ब्रीडर बक माशाल्लाह क्या बात है, माशाल्लाह। अस्सलाम वालेकुम। वालेकुम सलाम भाई जी, की हाल चाल है? ठीक हो? अल्हम्दुलिल्लाह शुक्र। की नाम है अपना सर? मेरा राणा शहबाज है जी। राणा शहबाज उर्फ काकी जी, इवें आ जी। काफी देर तो प्रोग्राम बना रहे सी लेकिन आज करदे करांदे पहुंच गए माशाल्लाह जी। आया राणा साहब, माशाल्लाह शौक देख के माशाल्लाह बड़ा जबरदस्त सफर पूरा हो गया माशाल्लाह। हाँ जी सही है। राणा साहब ये दसो कि तुहाड़े कोल केड़ी नस्ल, मतलब जी? अंबरसरी बीतलां बकरियां ने जी। ठीक है, ते शुरू तो यही आ या चेंजिंग चुनिंग आंदी रहंदी? जी शुरू तो सारा को कालियां शाह थी। ठीक है, ते कालियां डब्बियां थी। ठीक है, फिर एक दो बेलियां तो फिर बकरे बुकरे लेंदे फिर लाल हो गए। ठीक हो गया। के पूरे रेवाड़ी चो इस टाइम तुहाडे तुहाडे दिल दे करीब ज्यादा है ओ वाली बकरी दा शौक करो? ए हां जी माशाल्लाह। राणा साहब ਇਹ ਕਿੰਨੇ ਦੰਦ ਹੋ ਗਈ ਹੈ? ਇਹ ਜੀ ਅਜੇ ਦੂਸਰਾ ਸਵਸ ਹੋਈ ਹੈ ਜੀ, ਹੁਣ ਪੂਰੀ ਜਵਾਨ ਹੋਈ ਹੈ। ਮੂੰਹ ਪੂਰੀ ਹੋ ਗਈ ਮਾਸ਼ਾਅੱਲਾ? ਹੁਣ ਜਵਾਨ ਹੋਈ, ਸਹੀ ਹੋ ਗਿਆ। ਤੇ ਮਾਸ਼ਾਅੱਲਾ ਜੀ, ਸਭ ਤੋਂ ਪਹਿਲਾਂ ਦੀ ਕੁਆਲਿਟੀ, ਫੇਸ ਕੁਆਲਿਟੀ ਚੈੱਕ ਕਰੋ ਜੀ। ਠੀਕ ਹੈ, ਕਿਆ ਬਾਤ ਮਾਸ਼ਾਅੱਲਾ। ਰਾਣਾ ਸਾਹਿਬ ਇਹ ਮੂੰਹ ਪੂਰੀ ਹੋ ਗਈ ਹੈ, ਦੂਸਰਾ ਸੂਆ ਹੈ। ਠੀਕ ਹੈ ਜੀ, ਤੇ ਇਹਦੀ ਕੀ ਐਵਰੇਜ ਵਗੈਰਾ ਦੁੱਧ ਦੀ? ਦੁੱਧ ਜੀ ਹੁਣ ਤਾਂ ਕਰਾਸ ਹੋਈ ਹੈ, ਇਹ ਦੁੱਧ ਹੈ ਕੋਈ 2-3 ਸਰ ਦੁੱਧ ਦਿੰਦੀ ਰਹੀ ਹੈ, 2.5-3 ਸਰ ਦੁੱਧ ਦਿੰਦੀ ਜੀ ਨਗਦ। ਠੀਕ ਹੈ ਮਾਸ਼ਾਅੱਲਾ ਮਾਸ਼ਾਅੱਲਾ। ਰਾਣਾ ਸਾਹਿਬ ਨੂੰ ਥੋੜਾ ਬਾਹਰ ਕੱਢੋ ਜਰਾ, ਇਹਦੇ ਕੋਲ ਬੱਚੇ ਫਿਰਦੇ ਨੇ ਆਪਣੇ ਕੋਲ? ਹਾਂਜੀ ਹਾਂ, ਜਰਾ ਬੱਚਿਆਂ ਨੂੰ ਕੱਢੋ ਜਰਾ, ਸ਼ੌਕ ਕਰਾਓ ਮਾਸ਼ਾਅੱਲਾ। ਨਹੀਂ ਮਾਸ਼ਾਅੱਲਾ ਇਹ ਬੱਚਾ ਹੈ ਜੀ, ਪਾਠੇ ਜੀ ਜੀ। ਰਾਣਾ ਸਾਹਿਬ ਕਿੰਨੀ ਉਮਰ ਹੋ ਗਈ ਇਹਦੀ, ਕਿੰਨੇ ਮਹੀਨੇ ਦੀ ਆ? ਇਹ ਜੀ ਹੋ ਗਈ 4 ਮਹੀਨੇ ਦੀ। 4 ਮਹੀਨੇ ਦੀ ਹੋ ਗਈ ਮਾਸ਼ਾਅੱਲਾ। ਸੇਲ ਪਰਚੇਸ ਕਰਦੇ ਹੋ ਜਾਂ ਨਹੀਂ? ਕਰ ਲਈਦੇ ਜੇ ਕੋਈ ਸ਼ੌਕੀਨ ਆਦਮੀ ਹੋ ਤੇ। ਸ਼ੌਕੀਨ ਹੋਏ ਤੇ ਸੇਲ? ਹਾਂ ਜੀ, ਜੇ ਕੋਈ ਚਾਹੀਦਾ ਕੋ ਦਾਮ ਤੇ ਪੂਰਾ ਮਿਲੇ ਤੇ ਫਿਰ ਬੰਦਾ ਕੋਈ। ਨੰਬਰ ਆਪਣਾ ਸ਼ੇਅਰ ਕਰ ਦਿਓ। 0321 ਹਾਂਜੀ 68 ਹਾਂਜੀ 59 169 68 59 169। ਨਾਮ ਰਾਣਾ ਸ਼ਬਾਦ ਜੀ। ਠੀਕ ਹੈ, ਬਾਕੀ ਚੀਜ਼ ਚੈੱਕ ਕਰ ਲਓ। ਰਾਣਾ ਸਾਹਿਬ ਇਸ ਚੀਜ਼ ਦਾ ਆਈਡੀਆ ਦੇ ਸਕਦੇ ਹੋ, ਅਗਰ ਕੋਈ ਦੋਸਤ ਪੈਂਦਾ ਕਹਿੰਦਾ ਕਿ ਯਾਰ ਦੇ ਦਿਓ ਤੇ ਕਿੰਨੇ ਤੱਕ ਹੋ ਸਕਦੀ ਹੈ? ਥੋੜੇ ਹਾਂਜੀ, ਇਹ ਦੋ ਭੈਣਾਂ ਨੇ ਜੀ, ਇਹ ਦੋਨੋਂ ਭੈਣਾਂ ਨੇ, ਦੋ ਪੱਠਾਂ ਨੇ, ਇਹ ਵੀ ਚੈੱਕ ਕਰੋ ਮਾਸ਼ਾਅੱਲਾ। ਕੁਆਲਿਟੀ ਚੈੱਕ ਕਰੋ ਮਾਸ਼ਾਅੱਲਾ ਜੀ। ਹਾਂਜੀ ਇਕਰਾਮ ਭਾਈ ਸੁਣਾਓ, ਮਜ਼ਾ ਆਇਆ ਮਾਸ਼ਾਅੱਲਾ ਜੀ, ਸ਼ੌਂਕ ਕਰਾਓ ਦੋਸਤਾਂ ਨੂੰ। ਠੀਕ ਹੈ ਜੀ, ਰਾਣਾ ਸਾਹਿਬ ਕੋਈ ਆਈਡੀਆ ਦਿਓ ਜ਼ਰਾ, ਫਿਰ ਕੀ ਕਹਿੰਦੇ ਹੋ? ਪੱਠਾ ਦੇ ਦਾਂਗਾ 5 ਲੱਖ ਦੇ ਦੋਨੇ ਜੋੜਾ ਜੀ ਮਾਸ਼ਾਅੱਲਾ ਜੀ। ਕੋਈ ਪਿਆਰ ਮੁਹੱਬਤ ਵੀ ਹੋਏਗਾ ਜਾਂ ਬਸ? ਪਿਆਰ ਮੁਹੱਬਤ ਵਾਲਾ, ਜੇ ਪਿਆਰ ਮੁਹੱਬਤ ਵਾਲਾ ਆਇਆ ਤਾਂ ਫਿਰ ਪਿਆਰ ਮੁਹੱਬਤ ਹੀ ਹੋਣਾ ਚਾਹੀਦਾ। ਠੀਕ ਹੈ ਹਾਂਜੀ, ਬਾਕੀ ਭਾਈ ਨੰਬਰ ਆ ਗਿਆ ਜੀ। ਜੀ ਇਹਦੀਆਂ ਇਹ ਬੱਕਰੀ ਖੜੀ ਹੈ ਤੇ ਇਹਦੀ ਹਾਈਟ ਰਾਣਾ ਸਾਹਿਬ ਚੈੱਕ ਕੀਤੀ ਜੀ, ਕਿੰਨਾ ਆਈਡੀਆ ਕਿਤਾ ਨੂੰ? ਮੈਂ ਤਾਂ ਸਰ ਜੀ ਕਦੇ ਨਹੀਂ ਚੱਕ ਚੁੱਕ ਕੀਤੀ, ਬੇਲੇ ਬੋਲੇ ਕਰਦੇ ਰਹਿੰਦੇ ਨੇ। ਤਕਰੀਬਨ ਜੀ 40 ਕਿਲੋ ਕਰੀਬ ਹੈਗੀ। ਕਿੰਨੀ? 45 45
40 ਪਲੱਸ ਆ ਜੀ, 42 ਨਾ ਕੋ 40 ਪਲੱਸ ਕਰ ਦਿਓ। ਠੀਕ ਹੈ ਰਾਣਾ ਸਾਹਿਬ, ਇਹਦਾ ਕੋਈ ਨਾਮ ਵਗੈਰਾ ਰੱਖਿਆ? ਨਾਮ ਨੂੰ ਜੀ ਕਦਾ ਪਹਿਲਾਂ ਰੱਖੀਦਾ ਸੀ ਜੀ। ਹਾਂਜੀ, ਵੈਸੇ ਇਹਨੂੰ ਤੋਤੀ ਤੋਤੀ ਕਹੀਦਾ, ਤੋਤੀ ਬੱਕਰੀ ਮਾਸ਼ਾਅੱਲਾ। ਠੀਕ ਰਾਣਾ ਸਾਹਿਬ, ਹੋਰ ਕੋਈ ਇਸ ਤੋਂ ਇਲਾਵਾ ਕੋਈ ਚੈੱਕ? ਉਹ ਲੈ ਪਾਠ ਦਾ ਸ਼ੌਕ ਕਰਾਉ ਜੀ। ਮਦਰ ਭਾਈ ਸੁਣਾਓ, ਜ਼ਬਰਦਸਤ ਮਾਸ਼ਾਅੱਲਾ ਸਫ਼ਰ ਹੋਇਆ ਪੂਰਾ? ਇਹ ਮਦਰ ਭਾਈ ਦੀ ਫਰਮਾਇਸ਼ ਸੀ ਕਿ ਜਾਨਵਰਾਂ ਦਾ ਸ਼ੌਕ ਕਰਨਾ। ਠੀਕ ਹੈ, ਆਹ ਵੀ ਇੱਕ ਦੇਖੋ ਜੀ, ਲਓ ਜੀ ਮਾਸ਼ਾਅੱਲਾ ਮਾਸ਼ਾਅੱਲਾ ਜੀ। ਨਾਲੇ ਸਭ ਕੀ ਡਿਟੇਲ ਇਹਦੀ, ਕੀ ਗੱਬਾ ਨੇ ਖਾਲੀ ਦੁੱਧ ਵਾਲੀ ਕੀ ਸਕਦਾ ਜੀ? ਹੁਣ ਕਰਾਸ ਹੋਏਗੀ ਜੀ, ਕਰਾਸ ਹੋਣੀ ਆ। ਸੁਬਾ ਕੋਈ ਸੂਈ ਹੋਈ ਹੈ ਜਾਂ ਨਹੀਂ ਜੀ? ਅੱਗੇ ਕਰਾਸ ਹੋਈ ਸੀ ਤੇ ਮੈਂ ਨਾ ਬਾਰਸ਼ਨ ਹੋ ਗਈ ਸੀ ਕੋਈ ਮਹੀਨੇ ਦੋ ਦੀ ਨਾ ਜੀ, ਫਿਰ ਉਸ ਤੋਂ ਬਾਅਦ ਬੋਲੀ ਬੋਲੀ ਮੈਂ ਨਹੀਂ ਕਰਾਈ। ਆਪ ਖੁਦ ਹੀ ਨਹੀਂ ਕਰਾਈ? ਹਾਂਜੀ, ਮੈਂ ਕਿਹਾ ਕੋਈ ਮੌਸਮ ਨਾ ਕਰਾਵਾਂਗਾ ਕਰਾਸ ਨੂੰ। ਮਾਸ਼ਾਅੱਲਾ, ਕਿੰਨੇ ਦੰਦ ਹੋ ਗਏ ਜੀ? ਇਹ ਜੀ ਸਿੱਗੀ ਮੈਂ 6 ਹੀ ਆ ਜੀ। ਠੀਕ ਹੈ, ਬਾਕੀ ਮਾਸ਼ਾਅੱਲਾ ਕਾਨ ਚੈੱਕ ਕਰ ਲੈ, ਲੰਬਾ ਔਰ ਚੌੜਾ। ਠੀਕ ਹੈ ਮਾਸ਼ਾਅੱਲਾ। ਤੇ ਉਹ ਜਿਹੜਾ ਡੁੱਡਾ ਬੱਕਰਾ ਸੀ ਨਾ ਜੀ, ਜਿਹੜਾ ਇਸਤਖਾਰ ਸਾਹਿਬ ਨੂੰ ਦਿੱਤਾ ਸੀ ਮੈਂ ਬਰਚਾਣੇ ਨੂੰ ਜੀ, ਉਹਦੀ ਬੇਟੀ ਹੈ ਮਾਸ਼ਾਅੱਲਾ। ਔਰ ਹਾਈਟ ਕੇ ਹਿਸਾਬ ਸੇ, ਖੂਬਸੂਰਤੀ ਕੇ ਹਿਸਾਬ ਸੇ ਮਾਸ਼ਾਅੱਲਾ 10x10 ਹੈ। ਅੱਗੇ ਹੁਣ ਸੋਇਆ ਸਾਹਿਬ ਤਾਂ ਜਾਏਗੀ ਤੇ ਬਣੇਗੀ? ਹਾਂਜੀ ਬਿਲਕੁਲ ਜੀ, ਮਾਸ਼ਾਅੱਲਾ ਸਹੀ ਤੋੜ ਦਿਓ ਨਾ। ਮਾਸ਼ਾਅੱਲਾ ਜੀ, ਮਾਸੀ ਦੀ ਧੀ ਭੈਣ ਹੀ ਲੱਗਦੀ ਹੈ। ਮਤਲਬ ਤੁਹਾਡੇ ਕੋਲ ਬਲੱਡ ਇੱਕ ਹੀ ਚੱਲ ਰਿਹਾ ਜੀ? ਅਸੀਂ ਕਰਾ ਮੁੱਲ ਨਹੀਂ ਕਦੇ ਜਾਨਵਰ ਲਿਆ, ਮੁੱਲ ਨਹੀਂ ਲਿਆ, ਘਰ ਹੀ ਕਰਦੇ ਆ ਸਾਰੇ, ਇੱਕ ਹੀ ਬਲੱਡ ਲੈਂਦੇ ਆ ਜੋ ਵੀ ਆਪਣੇ, ਬਾਕੀ ਇਹਨਾਂ ਦੀ ਫੇਸ ਕੁਆਲਿਟੀ ਤਕਰੀਬਨ ਆਪਣੇ ਹੀ ਹੈ, ਸਭ ਕੁਝ ਸਹੀ ਹੈ, ਫੇਸ ਕੁਆਲਿਟੀ ਤਕਰੀਬਨ ਸਾਰਿਆਂ ਦੀ ਸੇਮ ਆ। ਠੀਕ ਹੈ, ਕਾਂ ਅਗਰ ਕਾਂ ਦੀ ਬਾਤ ਕਰੇ ਤਾਂ ਲੰਬਾ ਲੰਬਾਈ ਦੇ ਹਿਸਾਬ ਸੇ ਥੋੜੇ ਕਮ ਹੈ, ਲੇਕਿਨ ਦੁੱਧ ਦੇ ਹਿਸਾਬ ਸੇ ਮਾਸ਼ਾਅੱਲਾ ਸਹੀ ਹੈ, ਦੁੱਧ ਵਾਲੀ ਬਲੱਡ ਲਾਈਨ ਹੈ ਜੀ। ਰਾਣਾ ਸਾਹਿਬ, ਕਿੰਨੇ ਦੰਦ ਹੋ ਗਈ, ਕਿਤੋਂ ਸੂਆ ਨੇ ਸੁਣਿਆ, ਕੀ ਹਿਸਾਬ ਕਿਤਾਬ ਆ? ਆਣਦੇ ਆ ਜੀ ਉਹ ਪੜਦੇ ਜੀ, ਜੇ ਜਾ ਕੇ ਗਏ ਨਾ ਸਹੀ। ਸੂਆ ਨਹੀਂ, ਇਹ ਵੀ ਨਹੀਂ ਸੂਈ, ਸੂਈ ਹੈ, ਇਹ ਸੂਈ ਹੋਈ ਹੈ, ਉਹਦਾ ਇਹ ਟਾਈਮ ਨੇ ਕਰਾਸ ਹੋ ਗਏ ਜੀ। ਸਹੀ ਹੋ ਗਿਆ ਮਾਸ਼ਾਅੱਲਾ। ਰਾਣਾ ਸਾਹਿਬ, ਇਹਦਾ ਕੋਈ ਨਾਮ ਵਗੈਰਾ ਰੱਖਿਆ? ਇਹਦੇ ਬੱਚੇ ਹਨ? ਇਹਦੇ ਜੀ ਹੈ ਸੀ, ਮੈਂ ਵੇਚਦੇ ਬੱਚੇ, ਬੱਚੇ ਵੇਚਦੇ ਨੇ। ਹਾਂਜੀ ਸਹੀ ਮਾਸ਼ਾਅੱਲਾ। ਤੇ ਕੀ ਐਵਰੇਜ ਵਗੈਰਾ ਦੁੱਧ ਦੀ, ਕੀ ਹਿਸਾਬ ਕਿਤਾਬ ਹੈ? ਹੁਣ ਤਾਂ ਜੀ ਟੋਕੜਾ ਟੁਕੜਾ ਹੋਈਆਂ, ਕੋਈ ਕਰਦੇ ਰਹੇਗਾ ਦੋ ਸਰ ਜੀ, ਦੋ ਸਰ ਸਹੀ ਆ ਟਾਈਮ। ਅੱਛਾ ਰਾਣਾ ਸਾਹਿਬ, ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਕੋਲ ਜਿਹੜੀ ਚੰਗੀ ਤੋਂ ਚੰਗੀ ਬੱਕਰੀ ਆ, ਲੋਕ ਵੀਡੀਓ 'ਚ ਕਹਿੰਦੇ ਨੇ ਕਿ ਜੀ 5 ਲੀਟਰ 10 ਲੀਟਰ 7 ਲੀਟਰ ਮੰਡੀਆਂ 'ਚ ਕਹਿੰਦੇ ਰਹਿੰਦੇ ਨੇ, ਗੱਲ ਤਾਂ ਝੂਠ ਹੈ। ਓਰੀਜਨਲ ਜਿਹੜਾ ਦੁੱਧ ਦੇਣੀਆਂ ਬੱਕਰੀ ਦੀ, ਯਾਰ ਕਹਤਾ ਜੀ ਕਿਸੇ ਟਾਈਮ ਤੇ ਕਰਦੀਆਂ ਸੀ ਜਾਨਵਰ। ਹਾਂਜੀ, 4-4 5-5 ਸਿਰ ਵੀ ਅਸੀਂ ਟਾਈਮ ਦਾ ਚੋਇਆ। ਠੀਕ ਹੈ, ਹੁਣ ਨਹੀਂ, ਹੁਣ ਨਾ ਉਹ ਗੁਦਾਵਾਂ ਨੇ ਜੀ, ਤੇ ਨਾ ਹੀ ਉਹ ਜਾਨਵਰਾਂ ਦੇ ਅੰਦਰ ਹੈ ਵਿਚਾਰੀਆਂ ਦੇ। ਸਹੀ, ਜਾਨਵਰ ਵੀ ਅੱਛੇ ਨੇ, ਇਹ ਨਹੀਂ ਵੀ ਨਹੀਂ, ਬਾਕੀ ਪਤਾ ਨਹੀਂ ਹੁਣ ਗੁਦਾ ਦੇ ਵਿੱਚ ਕੋਈ ਫਰਕ ਆ ਗਿਆ। ਸਹੀ ਹੈ, ਤੁਹਾਡੀ ਜਿਹੜਾ ਤੂੰ ਤੁਹਾਡੇ ਸਮਾਲੇ ਚ ਤਜਰਬੇ ਦੇ ਮੁਤਾਬਿਕ ਜ਼ਿਆਦਾ ਤੋਂ ਜ਼ਿਆਦਾ ਬੱਕਰੀ ਨੇ ਕਿੰਨਾ ਦੁੱਧ ਦਿੱਤਾ? ਦੁੱਧ ਜੀ ਟਾਈਮ ਦਾ ਦੁੱਧ ਜੇ ਬੱਕਰੀ ਅਸੀਂ 4-5 ਸਰ ਵਿੱਚ ਆਉਂਦੇ ਰਹੇ, ਵੈਸੇ ਆਮ ਜਿਹੜਾ 3 ਸਰ ਆਮ ਰੂਟੀਨ ਨਾਲ ਚੁੰਦੇ ਰਹੇ, ਮਤਲਬ 3-5 ਲੀਟਰ ਦੇ ਦਰਮਿਆਨ ਐਵਰੇਜ ਦੁੱਧ ਚੋਇਆ, ਥਾਣਾ ਚੋਇਆ ਜੀ, 5 ਲੀਟਰ ਵੀ ਦੁੱਧ ਆਪਣੇ ਥਾਣਾ ਚੋਇਆ ਜੀ। ਸਹੀ ਹੈ ਮਾਸ਼ਾਅੱਲਾ, ਕੋਈ ਉਹਨਾਂ ਚੋਂ ਨਹੀਂ ਇਹ ਵੀ ਸਹੀ ਜਾਨਵਰ। ਰਾਣਾ ਸਾਹਿਬ, ਇਸ ਤੋਂ ਇਲਾਵਾ ਹੋਰ ਕੋਈ ਬੱਕਰੀ ਦਾ ਸ਼ੌਕ ਕਰਾਓ? ਲਓ ਜੀ ਮਾਸ਼ਾਅੱਲਾ, ਸਭ ਤੋਂ ਪਹਿਲੇ ਜੀ ਫੇਸ ਕੁਆਲਿਟੀ ਚੈੱਕ ਕਰ ਲੇ, ਉਸਕੇ ਸਾਥ ਮੈਚਿੰਗ ਕਰੇ ਜੀ। ਠੀਕ ਹੈ, ਜੋ ਕਾਨ ਹੈ ਉਹ ਤਕਰੀਬਨ ਸਭ ਕੇ ਨਾਰਮਲ ਹੈ। ਠੀਕ ਹੈ, ਲੇਕਿਨ ਅਗਰ ਥਣ ਚੱਡੇ ਕੀ ਬਾਤ ਕਰੇ ਉਹ ਥੋੜ੍ਹਾ ਅਲੱਗ ਹੈ, ਦੁੱਧ ਕੇ ਹਿਸਾਬ ਸੇ ਦੁੱਧ ਜ਼ਿਆਦਾ ਹੈ ਮਾਸ਼ਾਅੱਲਾ, ਦੁੱਧ ਵਾਲੀ ਬਲੱਡ ਲਾਈਨ ਹੈ। ਠੀਕ ਹੈ,
ਅੱਛਾ ਰਾਣਾ ਸਾਹਿਬ, ਜ਼ਿਆਦਾ ਲੋਕ ਸ਼ੌਕ ਕਰਦੇ ਨੇ ਕਿ ਕੰਨ ਲੰਮੇ ਹੋਣ। ਆਪ ਆਪਣੇ ਪਸੰਦ ਹੈ, ਬਾਕੀ ਅਸੀਂ ਜਿੰਨੇ ਵੀ ਅਸਲ ਜਿਹੜਾ ਕੋਈ ਬੱਕਰੀ ਆ ਉਹ ਕੰਨ ਨਹੀਂ ਪਸੰਦ ਕਰਦਾ। ਸਹੀ ਹੈ, ਜਿਹੜੇ ਲੰਮੇ ਕੰਨਾਂ ਵਾਲੀਆਂ ਬੱਕਰੀਆਂ ਹੁੰਦੀਆਂ ਨੇ ਤੇ ਇਹਨਾਂ ਦੇ ਜ਼ਿਆਦਾ ਛੋਟੇ ਕੰਨ ਹਨ, ਜ਼ਿਆਦਾ ਛੋਟੇ ਨਹੀਂ ਲੇਕਿਨ ਨਾਰਮਲ ਆ। ਨਾਰਮਲ ਸਹੀ ਹੈ, ਦੁੱਧ ਦੇ ਹਿਸਾਬ ਨਾਲ ਉਹ ਵਾਲੀ ਜ਼ਿਆਦਾ ਬਿਹਤਰ ਹਨ ਜਾਂ ਇਹ ਜ਼ਿਆਦਾ ਵਾ? ਉਹ ਤਾਂ ਜਨਾਬ ਜਿਹੜੇ ਬੱਚੇ ਕਈ ਜਾਨਵਰ ਉਹਨਾਂ ਦਾ ਫਿਟਰਾਂ ਪੈਂਦੇ ਨੇ ਬੱਚੇ। ਹਾਂਜੀ ਬਿਲਕੁਲ ਇਵੇਂ, ਬਿਲਕੁਲ ਇਵੇਂ ਫੀਡਰਾਂ ਨਾਲ ਪਲਾਣਾ ਪਾਉਂਦੇ ਨੇ ਉਹ ਨਹੀਂ, ਉਹ ਜਾਨਵਰ ਪੂਰੇ ਜਾਨਵਰ ਅਸਲ ਜਿਹੜੇ ਨੇ ਇਹ ਨੇ ਮੁਨਾਸਬ ਜਿਹੜੇ ਕੰਨ ਨੇ ਨਾ ਜੀ ਜੀ, ਜਿਹੜੀਆਂ ਅਸੀਂ ਕਹਿੰਦੇ ਲੋਕ ਵੀ ਇੰਡੀਆ ਚ ਅੰਬਰਸਰ ਆਈਆਂ ਨੇ ਉਹ ਇਹ ਨੇ ਛੋਟੇ ਕੰਨਾਂ ਵਾਲੇ। ਸਹੀ ਹੋ ਗਿਆ ਜੀ, ਬਾਕੀ ਬਣ ਗਿਆ ਫੈਸ਼ਨ। ਹਾਂਜੀ ਕੰਨਾਂ ਦਾ ਨਾ ਜੀ, ਦੂਸਰਾ ਨੰਬਰ ਲੋਕਾਂ ਕੋਲ ਪੈਸਾ ਹੀ ਮਾਸ਼ਾਅੱਲਾ ਬਹੁਤ ਜੀ, ਅੱਲਾ ਹੋਰ ਦੇਵੇ ਉਹਨਾਂ ਨੂੰ। ਹੁਣ ਇਹ ਕਹਿੰਦੇ ਆਹ ਪੱਠ ਪਹਿਲਾਂ ਸੁਣ ਵਾਲੀ ਹੈ ਤੇ ਕੰਨ ਦੇਖ ਲਓ ਉਹਦੇ ਕਿਹੜੇ ਕਿਹੜੇ ਨੇ ਤੇ ਹੁਣ ਪਹਿਲਾ ਸੁਭਾਅ ਹੈ। ਹੁਣ ਦੱਸੋ ਉਹਨਾਂ ਦੇ ਹੁਣ ਕੱਦ ਜੋ ਕੋਈ ਇਹਨਾਂ ਦੇ ਜ਼ਿਆਦਾ ਨੇ? ਨਹੀਂ ਕੱਦ ਤੇ ਨਹੀਂ, ਕੰਨ ਦਾ ਹੀ ਆ ਕੰਨ ਦਾ ਕੋਰ ਨੇ ਭਾਜੀ, ਮੈਦਾਨ ਚ ਇਹਨਾਂ ਜਾਨਵਰਾਂ ਹੀ ਖਲਾਉਣਾ ਹੈ। ਠੀਕ ਹੈ, ਕੰਨਾਂ ਵਾਲੇ ਨਾ ਕੋਈ ਨਮਾਇਸ਼ ਤੇ ਬੱਕਰਾ ਤੁੱਲੇਗਾ ਕੰਨਾਂ ਵਾਲਾ, ਨਾ ਕੋਈ ਮੇਲੇ ਦੇ ਦੁੱਧ ਚ ਦੇਗੀ ਬੱਕਰੀ। ਸਹੀ ਹੈ, ਤੇ ਇਹਦੀ ਐਸਟੀਮੇਟ ਦੀ ਕੀ ਐਵਰੇਜ ਵਗੈਰਾ? ਫਸਟ ਟਾਈਮਰ ਸੂਈ ਹੋਈ ਹੈ? ਸੋਣਾ ਨਹੀਂ ਨਹੀਂ ਸੋਣਾ ਹੈ ਜੀ, ਸੋਣਾ ਕਿੰਨਾ ਟਾਈਮ ਲੈ ਲੈ ਜਾਗੀ? ਕੋ ਮਹੀਨਾ ਕਾ? ਮਹੀਨਾ ਕ ਲਵੇਗੀ ਜੀ। ਠੀਕ ਹੈ, ਜੀ ਲੈ ਜਾਣਾ। ਇਸ ਦਾ ਪਹਿਲੇ ਫੇਸ ਕੁਆਲਿਟੀ ਚੈੱਕ ਕਰ ਲਓ ਮਾਸ਼ਾਅੱਲਾ। ਠੀਕ ਹੈ, ਕੰਨ ਨਾਰਮਲ ਆ। ਠੀਕ ਹੈ, ਲੇਕਿਨ ਇੱਕ ਮਹੀਨਾ ਲੈਂਦੀ ਹੈ। ਠੀਕ ਹੈ ਮਾਸ਼ਾਅੱਲਾ ਜੀ, ਅੱਲਾ ਨਜ਼ਰੇ ਵੱਧ ਤੋਂ ਬਚਾਏ। ਠੀਕ ਹੈ ਚੈੱਕ ਕਰੋ ਮਾਸ਼ਾਅੱਲਾ। ਠੀਕ ਆ ਰਾਣਾ ਸਾਹਿਬ, ਅੰਦਾਜ਼ਾ ਨੇ ਕਿੰਨਾ ਦੁੱਧ ਦੇਗੀ ਫਸਟ ਟਾਈਮ ਵਿੱਚ? ਦੁੱਧ ਦੀ ਬੱਕ ਪਾਠ ਕਰੇਗੇ ਕੋਈ ਚੰਗੀ ਸੇਵਾ ਤਾਂ ਫਿਰ 3 ਸਿਰ ਵਿੱਚ ਹੋ ਸਕਦਾ ਨੰਗਦਾ। ਸਹੀ ਆ, ਆ ਬਾਕੀ ਤਾਂ 2-2.5 ਸਿਰ ਤਾਂ ਫਿਰ ਆਇਆ ਜੀ। ਠੀਕ ਹੈ ਮਾਸ਼ਾਅੱਲਾ ਜੀ, ਆਜ ਕਾ ਯੇ ਸ਼ੌਕ ਥਾ, ਇਸਕੇ ਇਲਾਵਾ ਪਾਰਟ ਆਏਗੇ ਜੀ। ਠੀਕ ਹੈ, ਉਹ ਇਨਸ਼ਾਅੱਲਾ ਬਾਅਦ ਮੇਂ ਮਿਲੇਂਗੇ ਮਾਸ਼ਾਅੱਲਾ ਜੀ। ਠੀਕ ਹੈ, ਆਜ ਕੇ ਲਈ ਇਤਨਾ ਹੀ, ਇਨਸ਼ਾਅੱਲਾ ਨੈਕਸਟ ਵੀਡੀਓ ਮੇਂ ਮੁਲਾਕਾਤ ਹੋਤੀ ਹੈ। ਖੁਦਾ ਹਾਫਿਜ਼।